ਡਰੱਗ ਇੰਸਪੈਕਟਰ ਅਮਿਤ ਦੁੱਗਲ ਜੀ, ਕੁਲਵਿੰਦਰ ਸਿੰਘ ਜੀ ਤੇ ਜਰਨੈਲ ਸਿੰਘ ਜੀ ਦੇ ਨਾਲ ਅਸੀਂ ਰਮਨ ਕੁਮਾਰ ਤੇ ਪਵਨ ਕੁਮਾਰ ਦੀ ਦੁਕਾਨ ਹੈ ਕ੍ਰਿਸ਼ਨਾ ਨਗਰੀ ਫਿਰੋਜ਼ਪੁਰ ਸ਼ਹਿਰ, ਉੱਥੇ ਅਸੀਂ ਰੇਡ ਕੀਤੀ ਹੈ ਇਹਨਾਂ ਦੇ ਨਾਲ। ਉੱਥੋਂ ਦੁਕਾਨ ਤੋਂ ਇਹਨਾਂ ਨੂੰ ਕਾਫੀ ਮਾਲ ਡਰੱਗ ਮਹਿਕਮੇ ਨੂੰ ਮਿਲਿਆ। ਉਸ ਤੋਂ ਬਾਅਦ ਅਸੀਂ ਪਵਨ ਕੁਮਾਰ ਜਿਹੜਾ ਰਮਨ ਕੁਮਾਰ ਹੈ ਉਹ ਦੁਕਾਨ ਤੇ ਸਾਨੂੰ ਮਿਲ ਗਿਆ ਸੀਗਾ। ਰਮਨ ਕੁਮਾਰ ਨੂੰ ਅਸੀਂ ਪੁੱਛਗਿੱਛ ਕੀਤੀ, ਉਹਨੇ ਦੱਸਿਆ ਵੀ ਮੈਂ ਇਸ ਤੋਂ ਇਲਾਵਾ ਆਪਣੇ ਘਰ ਦੇ ਵਿੱਚ ਬੈੱਡ ਦੇ ਵਿੱਚ ਸਮਾਨ ਕੁਛ ਰੱਖਿਆ ਲੁਕੋ ਕੇ ਜਿਹੜਾ NTPS ਵਿੱਚ ਆਊਗਾ। ਅਸੀਂ ਉੱਥੇ ਉਹਦੇ ਨਾਲ ਜਾ ਕੇ ਇਹਨਾਂ ਜਿਹੜੇ ਸਾਰੇ ਅਫਸਰ ਸੀਗੇ, ਡਰੱਗ ਇੰਸਪੈਕਟਰ ਤਹਿਸੀਲਦਾਰ ਸਾਹਿਬ ਸੀਗੇ ਸਾਡੇ ਨਾਲ ਜਰਨੈਲ ਸਿੰਘ ਜੀ ਦੇ, ਉਹਨਾਂ ਦੇ ਨਾਲ ਅਸੀਂ ਜਾ ਕੇ ਉੱਥੇ ਰੇਡ ਕੀਤੀ। ਉੱਥੇ ਇਹਨੇ ਸਾਨੂੰ ਆਪਣੇ ਹੱਥਾਂ ਦੇ ਨਾਲ ਬੈੱਡ ਦੇ ਬਕਸਾ ਖੋਲ੍ਹ ਕੇ ਰਮਨ ਕੁਮਾਰ ਨੇ ਆਪਣੇ ਬੈੱਡਰੂਮ ਦੇ ਵਿੱਚੋਂ ਇਹ ਮਾਲ ਬਰਾਮਦ ਕਰਾਇਆ। ਇਹ ਕੁੱਲ 94,000 ਨਸ਼ਿਆਂ ਦੀਆਂ ਗੋਲੀਆਂ ਨੇ ਤੇ 400 ਟੀਕੇ ਨੇ ਨੋਰਫਿਨ ਦੇ, ਇਹਨੇ ਬਰਾਮਦ ਕਰਾਇਆ ਜੀ। ਪਵਨ ਕੁਮਾਰ ਜਿਹੜਾ ਦੁਕਾਨ ਦਾ ਮਾਲਕ, ਇਹ ਦੁਕਾਨ ਤੇ ਹੈ ਨਹੀਂ ਸੀਗਾ, ਇਹਨੂੰ ਫੜ ਲਈ ਅਸੀਂ ਛਾਪੇਮਾਰੀ ਕਰਾਂਗੇ। ਰਮਨ ਕੁਮਾਰ ਜਿਹੜਾ ਕਾਬੂ ਕਰ ਲਿਆ ਉਹ ਦੁਕਾਨ ਤੇ ਸੀਗਾ, ਜਿਹੜਾ ਪਵਨ ਕੁਮਾਰ ਆ ਉਹ ਜਿਹੜਾ ਡਰੱਗ ਮਹਿਕਮੇ ਨੇ ਮਾਲ ਫੜਿਆ, ਇਹਦੀ ਕੀਮਤ ਹੈਗੀ ਆ 3,23,000 ਤੇ 60,000 ਦਾ ਮਾਲ ਹੈ ਜਿਹੜਾ ਅਸੀਂ ਪੁਲਿਸ ਨੇ ਫੜਿਆ, 60,000 ਕੀਮਤ ਦੀ।